एबीएन न्यूज चैनल देख रहे हम सभी दर्शकों का हार्दिक स्वागत करते हैं। आज हम आपको लेके आए हैं फाजिलका से 39 किलोमीटर दूर गांव हरपुरा में, जो आजकल हरिपुरा के नाम से जाना जाता है। यहां की धरती में जब श्री गुरु नानक देव जी अपनी उदासियों पर निकले थे तो उनकी चरण छो प्राप्त हुई और उनके चरणों के निशान आज भी वहां पर मौजूद है। इसके बारे में वहां के सेवादारों ने क्या बताया, ये जानने के लिए पूरी वीडियो देखिए। संखेप इतिहास गुरुद्वारा हरिपुरा अते अकालगढ़ साहिब। सतगुरु नानक देव जी महाराज दुनिया नू तारदे तारदे इस नगर विच पहुंचे, जिस दा नाम उस समय हरिपुरा सी। नगर दे बाहर गुरु नानक देव जी महाराज भाई बाला अते मर्दाना एक ब्रिश हेठ जाए बैठे। जद पातशाह ने इस पिंड दे बाहर जा डेरा कीता ਤਾਂ ਲੋਕਾਂ ਨੇ ਸੰਤ ਜਣ ਜਾਣ ਕੇ ਆਣ ਚਰਨਾਂ 'ਤੇ ਮੱਥਾ ਟੇਕਿਆ ਅਤੇ ਅੰਨ ਪਾਣੀ ਦੀ ਸੇਵਾ ਕੀਤੀ। ਗੁਰੂ ਜੀ ਕਈ ਦਿਨ ਇੱਥੇ ਰਹੇ ਅਤੇ ਸੰਗਤਾਂ ਨੂੰ ਕਿਹਾ, ਦੱਸੋ ਭਾਈ ਤੁਹਾਨੂੰ ਕੋਈ ਤਕਲੀਫ ਤਾਂ ਨਹੀਂ ਹੁੰਦੀ? ਤਾਂ ਪਿੰਡ ਵਾਲਿਆਂ ਗੁਰੂ ਜੀ ਨੂੰ ਇਕੱਠੇ ਹੋ ਕੇ ਬੇਨਤੀ ਕੀਤੀ, ਮਹਾਰਾਜ ਹੋਰ ਤਾਂ ਸਭ ਠੀਕ ਹੈ, ਕੁਝ ਸਮੇਂ ਤੋਂ ਭਾਰੀ ਮੁਸੀਬਤ ਆਉਂਦੀ ਹੈ, ਇੱਥੇ ਇੱਕ ਦੈਂਤ ਘਰ ਸਾੜ ਦਿੰਦਾ ਹੈ। 6 ਮਹੀਨੇ ਬਾਅਦ ਆਪਣਾ ਸਮਾਨ ਅਤੇ ਪਰਿਵਾਰ ਬਾਲੀ ਬੱਚਾ ਲੈ ਕੇ ਇੱਕ ਹਫ਼ਤਾ ਬਾਹਰ ਚਲੇ ਜਾਂਦੇ ਹਾਂ, ਫਿਰ ਆਣ ਕੇ ਦੁਬਾਰਾ ਤੋਂ ਘਰ ਬਣਾਉਣੇ ਪੈਂਦੇ ਹਨ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਤੁਸੀਂ ਸਾਡੇ ਸਿੱਖ ਬਣੋ, ਸਤਨਾਮ ਦਾ ਜਾਪ ਜਪਿਆ ਕਰੋ, ਤੁਹਾਡੇ ਘਰ ਨਹੀਂ ਸੜਨਗੇ। ਨਗਰ ਵਾਸੀ ਕਹਿਣ ਲੱਗੇ, ਠੀਕ ਹੈ, ਅਸੀਂ ਤੁਹਾਡੇ ਸਿੱਖ ਬਣਾਂਗੇ, ਨਾਮ ਜਪਾਂਗੇ, ਪਰ ਹੁਣ ਉਹ ਸਮਾਂ ਆ ਗਿਆ ਹੈ ਜਦੋਂ ਅਸੀਂ ਆਪਣਾ ਸਾਮਾਨ ਲੱਦ ਕੇ ਬਾਹਰ ਜਾਂਦੇ ਹਾਂ। ਦੇਵ ਆਉਣ ਵਾਲਾ ਹੈ, ਜਿਸ ਦਿਨ ਅੱਗ ਲੱਗਣ ਦਾ ਸਮਾਂ ਆਇਆ, ਸਾਰੇ ਲੋਕ ਪਰਿਵਾਰਾਂ ਸਮੇਤ ਸਤਿਗੁਰੂ ਜੀ ਦੇ ਪਾਸ ਨਗਰ ਤੋਂ ਬਾਹਰ ਆਣ ਕੇ ਬੈਠ ਗਏ ਅਤੇ ਸਤਨਾਮ ਜਪਣ ਲੱਗੇ। ਦੇਵ ਆਇਆ, ਬੜਾ ਕ੍ਰੋਧਵਾਨ ਹੋਇਆ ਅਤੇ ਕਹਿਣ ਲੱਗਾ, ਮੇਰਾ ਡਰ ਤੁਸੀਂ ਹੁਣ ਵਿਸਾਰ ਦਿੱਤਾ ਹੈ, ਅੱਗੇ ਤਾਂ ਘਰ ਸਾੜਦਾ ਸਾਂ, ਹੁਣ ਤੁਹਾਨੂੰ ਸਾਰਿਆਂ ਨੂੰ ਭਸਮ ਕਰਕੇ ਜਾਵਾਂਗਾ। ਲੋਕ ਡਰਨ ਲੱਗੇ ਅਤੇ ਸਤਿਗੁਰੂ ਜੀ ਨੂੰ ਬਚਾਅ ਵਾਸਤੇ ਕਹਿਣ ਲੱਗੇ। ਉਹ ਦੈਵ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਉਸਦਾ ਸਿਰ ਅਸਮਾਨ ਵਿੱਚ ਪੈਰ ਧਰਤੀ ਪਰ ਵੱਡਾ ਵਿਕਰਾਲ ਰੂਪ ਸੀ, ਲੋਹੇ ਜੈਸਾ ਰੰਗ, ਹੱਥ ਵਿੱਚ ਅੱਗ ਸੀ, ਲੋਕਾਂ ਵੱਲ ਦੇਖਦਾ ਹੋਇਆ ਜੀਭ ਨੂੰ ਫੇਰ ਰਿਹਾ ਸੀ ਅਤੇ ਡਰਾ ਰਿਹਾ ਸੀ। ਜਦ ਸਤਿਗੁਰੂ ਜੀ ਨੇ ਪਾਸੇ ਤੋਂ ਦ੍ਰਿਸ਼ਟੀ ਪਾਈ ਤਾਂ ਧੜਮ ਕਰਕੇ ਡਿੱਗ ਪਿਆ ਅਤੇ ਮੂਰਛਾ ਹੋ ਗਿਆ। ਸਤਿਗੁਰੂ ਜੀ ਨੂੰ ਦਇਆ ਆਈ ਅਤੇ ਆਪਣਾ ਚਰਨ ਉਸ ਦੇ ਸਿਰ ਤੇ ਛੁਹਾਇਆ ਤੇ ਦੇਵ ਖੜਾ ਹੋ ਗਿਆ ਅਤੇ ਗੁਰੂ ਜੀ ਦੇ ਚਰਨੀ ਲੱਗ ਗਿਆ। ਕਹਿਣ ਲੱਗਾ, ਪ੍ਰਭੂ ਜੀ ਮੈਨੂੰ ਬਖਸ਼ ਲਓ, ਮੇਰੇ ਅਪਰਾਧਾਂ ਦੀ ਖਿਮਾ ਕਰੋ। ਇਸ ਤਰ੍ਹਾਂ ਇਹ ਸਾਰਾ ਕੌਤਕ ਵੇਖ ਕੇ ਡੰਗਰ ਵਾਸੀ ਵੀ ਸਤਿਗੁਰੂ ਜੀ ਦੇ ਚਰਨੀ ਲੱਗ ਗਏ। ਗੁਰੂ ਜੀ ਨੇ ਨਗਰ ਵਾਸੀਆਂ ਨੂੰ ਕਿਹਾ ਕਿ ਭਾਈ ਇੱਥੇ ਬਹੁਤ ਸੋਹਣੀ ਧਰਮਸ਼ਾਲਾ ਬਣਾਉਣੀ ਤੇ ਆਏ ਗਏ ਨੂੰ ਪ੍ਰਸ਼ਾਦਾ ਪਾਣੀ ਛਕਾਉਣਾ, ਦੋਵੇਂ ਟਾਈਮ ਸਤਨਾਮ ਦਾ ਜਾਪ ਜਪਿਆ ਕਰੋ। ਸਤਿਗੁਰੂ ਜੀ ਮਹਾਰਾਜ ਨੇ ਵਰ ਦਿੱਤਾ ਕਿ ਇਸ ਧਰਮਸ਼ਾਲਾ ਵਿੱਚ ਜੋ ਵੀ ਮਾਈ ਭਾਈ ਪ੍ਰੇਮ ਨਾਲ ਭਜਨ ਕਰੇਗਾ, ਝਾੜੂ ਦੇਵੇਗਾ, ਪਾਣੀ ਭਰੇਗਾ, ਜੋ ਵੀ ਕਿਸੇ ਕਿਸਮ ਦੀ ਸੇਵਾ ਕਰੇਗਾ, ਉਹ ਪਰਮ ਗਤੀ ਕੋ ਪਾਵੇਗਾ ਅਤੇ ਸ੍ਰੀ ਗੁਰੂ ਜੀ ਕੈ ਲੋਕ ਮੈਂ ਪ੍ਰਾਪਤ ਹੋਵੇਗਾ। ਤਦ ਉਸ ਦੇਵ ਨੇ ਕਿਹਾ, ਮਹਾਰਾਜ ਮੇਰੀ ਕਲਿਆਣ ਕਿਸ ਤਰ੍ਹਾਂ ਹੋਵੇਗੀ? ਤਾਂ ਹੁਕਮ ਕੀਤਾ ਕਿ ਆਪਣੇ ਸਿਰ ਉੱਪਰ ਇਸ ਧਰਮਸ਼ਾਲਾ ਵਿੱਚ ਪਾਣੀ ਭਰੇਗਾ ਤਾਂ ਸਮਾਂ ਆਉਣ ਤੇ ਤੇਰਾ ਵੀ ਕਲਿਆਣ ਹੋ ਜਾਵੇਗਾ। ਇਸ ਤਰ੍ਹਾਂ ਸਾਰਾ ਪਿੰਡ ਗੁਰੂ ਜੀ ਦੇ ਸਿੱਖ ਬਣੇ। ਇਸ ਗੁਰਦੁਆਰੇ ਦੀ ਮਹਾਨਤਾ ਜਾਂ ਵੱਡ ਤੀਰਥ ਤਾਂ ਹੀ ਕਿਹਾ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪ ਹੁਕਮ ਕਰਕੇ ਬਣਵਾਇਆ ਹੈ ਅਤੇ ਦੰਤ ਵਰਗੇ ਵੱਡੇ ਪਾਪੀਆਂ ਨੂੰ ਇਸ ਜਗ੍ਹਾ ਤਾਰਿਆ ਹੈ। ਇਸ ਪਵਿੱਤਰ ਧਰਤੀ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ। 4 ਜੁਲਾਈ 1705 ਈਸਵੀ ਨੂੰ ਇੱਥੇ ਗੁਰੂ ਸਾਹਿਬ ਆਏ। ਅੰਮ੍ਰਿਤ ਵੇਲੇ ਦਾ ਦੀਵਾਨ ਲਾਉਣ ਤੋਂ ਬਾਅਦ ਹਰਿਪੁਰਾ ਸਾਹਿਬ ਗਏ। ਇੱਥੇ ਗੁਰੂ ਜੀ ਥੇੜੀ ਫਕਰਸਰ ਨੇੜੇ ਮਲੋਟ ਤੋਂ ਆਏ ਅਤੇ ਵਾਪਸ ਥੇੜੀ ਚਲੇ ਗਏ। ਗ੍ਰੰਥ ਮਹਾਨ ਕੋਸ਼ ਰਚਿਤ ਭਾਈ ਕਾਹਨ ਸਿੰਘ ਨਾਭਾ ਪੰਨਾ 168-169 ਦੇਖੋ।
श्री गुरु तीर्थ संग्रह रचित पंडित तारा हर नरोत्तम हरिद्वार कणखल पन्ना 182-83 देखो। सब खाए कुंभार नानक आर नानक पार नानक सब खाए कुंभार नानक तू नूर दा फुटदा चश्मा है छोटे निशान जी हम कई जो अहते भगत प्रहलाद ने जो छोटे पैर भगत प्रहलाद ने तपस्या की भगत प्रहलाद ने जी हां कई कहते दो निकी उम्र च भी गुरु नानक देव जी आए वी उम्र च भी आए दोने उन्होंने जी वाहिगुरु जी का खालसा वाहिगुरु जी की फतेह। आप जी जिस अस्थाना दे दर्शन कर रहे हो ये अस्थान गुरुद्वारा बड़ तीर्थ साहिब हरिपुरा इन्हां अस्थाना ते दो पातशाहियां ने अपने पावन चरण पाए। पहले पातशाह साहिब श्री गुरु नानक देव जी महाराज दसम पातशाह साहिब श्री गुरु गोबिंद सिंह जी महाराज तिना ने अपने पावन चरण इन्हां स्थानां ते पा करके इन्हां स्थानां नूं भाग लाए पवित्र कीता। दास दी इस अस्थान ते जो आप जिन्हां स्थानां ते दर्शन कर रहे हो इत्थे ग्रंथी साहिबान दी दास दी ड्यूटी है। सतगुरु आप सेवा लै रहे ने। इको गल आप जीआं दे नाल सांझी करनी है जिहड़ा इस अस्थान दा मैसेज है मेन पॉइंट जिहड़ा इस अस्थान दा मेन मैसेज कि आपां आम तौर ते गल कह दिंदे आ कि साहिब श्री गुरु नानक देव जी महाराज सारी मनुखता दे सांझे गुरु सन ते इह अस्थान इह मैसेज दिंदा है। इह जिहड़ा नगर है शुरू तों लै के जे आपां ज्यादा समां वी पिछे जिन्ना मर्जी समां पिछे पहुंच जाइए ध्यान मारीए इह जिहड़ा नगर है हिंदू धर्म दे नाल जुड़िया होया पर गल आई जिथे साहिब श्री गुरु नानक देव दे सांझे गुरु होण दी। इह जिहड़ा नगर हिंदू धर्म दे नाल जुड़िया होया ते नाल नाल दे नगर सारे पंजाबियां दे। जेकर गुरु नानक साहिब केवल सिखां दे जां पंजाबियां दे गुरु हुंदे ते नाल दे नगरां विच जाके किते डेरा लाउंदे ते नगर किसे नूं उतारदे। पर ध्यान मारो इह नगर है जिहड़ा हिंदुआं दे नाल जुड़िया होया इस नगर दे विच पहुंच करके सतगुरां ने इस नगर नूं भाग लाए। यह संदेश है इस अस्थान का कि साहिब श्री गुरु नानक देव जी महाराज सारी मनुखता दे सांझे गुरु सन। इन्हां अस्थानां ते हुण समुची गुरद्वारा प्रबंधक कमेटी जथेदार गुरलाल सिंह जी दानेवालिया ते कार सेवा वाले महापुरश दिल्ली वाले महापुरश सचखंड वासी पंथ रतन बाबा हरबंस सिंह जी उन्हां वल्लों हुण इन्हां अस्थानां ते जो बाबा सुचा सिंह जी ढिल्लों कार सेवावां करवा रहे हैं जी। वाहिगुरू जी का खालसा वाहिगुरू जी। जो सेवा कार सेवा दिल्ली वाले पंथ रतन जयदर बाबा हरबंस सिंह जी जयदर बाबा करनैल सिंह जी उन्हां तों वरसाई मौजूदा महापुरख बाबा बदन सिंह जी बाबा महेंद्र सिंह जी इत्थों दी सेवा संभाल करवा रहे जथेदार बाबा सुचा सिंह जी जिन्हां नूं संगत बड़े ही प्यार नाल बाबा जी ढिल्लों दे नाम नाल जानदी है। इत्थे जो महापुरशां ने 12 मार्च 1994 च तपन का के सेवा शुरू की थी सी तो उदों तों ही जो गुरु के लंगर चल रहे हैं बड़ी ही माण सेवा संप्रदावां सच्चे पातशाह दी मेहर नाल बाबा जी होरां ने सरावां लंगर हाल इत्थे रहन सहन का पूरा प्रबंध किया है। आई गई संगत वास्ते रोजाना ही इत्थे 400 तों 500 के करीब प्राणी की लंगर तैयार रहिंदा है। सो जो भी संगत असी सब जानते हाँ कि कोरोना वायरस के कारण जो भी प्रसादे पानी तो संगत तंग आ रही है उन्होंने भी बाबा जी समस्यावां नूं देखते हुए बाबा जी वल्लों हरेक पिंड शहर हर घर में जाके उन्हां लई प्रसादा पानी पहुँचता कर रहे हैं। जो भी प्राणी इतों दूरों कितों भी फसे हुए
जो ये करतारपुर साहिब गुरद्वारा स्थान है ये राजस्थान की हद के करीब पैदा है और इस तो 10 किलोमीटर ही दूर जो पाकिस्तान की भी हद लगती है ये बार्डर के उपर गुरद्वारा साहब है। तो जितनी बेनतियां पाल हैं वाहेगुरू जी का खालसा। एबीएन न्यूज चैनल देखने वाले सभी दर्शकों से हम अपील करते हैं कि एबीएन न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद, जय भारत।